ਡਾਕਟਰ ਸਾਹਿਬ, ਦਸੂਆ ਦੇ ਵਿੱਚ ਸਾਂਸਦ ਸੰਜੇ ਸਿੰਘ ਪਹੁੰਚੇ ਸਨ, ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਕੱਢਿਆ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਲੋਕ ਉਹਨਾਂ ਦੇ ਵਿੱਚ ਸ਼ਾਮਿਲ ਹੋਏ ਨੇ, ਕੀ ਕਹਿਣਾ ਚਾਹੁੰਦੇ ਨੇ? ਦਸੂਆ ਦਾ ਰੋਡ ਸ਼ੋਅ, ਮੈਂ ਸਮਝਦਾ ਕਿ ਰਿਕਾਰਡ, ਇੱਕ ਬਹੁਤ ਲੰਬਾ ਰੋਡ ਸ਼ੋਅ ਸੀ, ਔਰ ਉਸਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਦਸੂਆ ਦੇ ਕੰਢੀ ਦੇ ਜਿੰਨੇ ਵੀ ਸਾਡੇ ਲੋਕ ਨੇ ਉਹ ਸ਼ਾਮਿਲ ਹੋਏ, ਔਰ ਉਹਨਾਂ ਦਾ ਐਡੇ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਉਹ ਵੀ ਬੀਜੇਪੀ ਦੀਆਂ ਨੀਤੀਆਂ ਤੋਂ ਬਹੁਤ ਦੁਖੀ ਨੇ। ਖਾਸ ਤੌਰ 'ਤੇ ਉੱਥੇ ਏਮਜ਼ ਹੋਸਪਿਟਲ ਦਾ ਉੱਥੇ ਨਾ ਆਉਣਾ ਔਰ ਉਸਦਾ ਉਲਟਾ ਬਠਿੰਡਾ ਚਲੇ ਜਾਣਾ, ਬਹੁਤ ਬਹੁਤ ਦੁਖੀ ਨੇ। ਔਰ ਬਠਿੰਡਾ ਦੇ BVMB ਹੋਸਪਿਟਲ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉੱਥੇ, ਕੁਆਟਰ ਜਿਹੜੇ ਆ ਉਹ ਬਰਬਾਦ ਹੋ ਰਹੇ ਨੇ, ਡਿਸਟਰੋਏ ਹੋ ਰਹੇ ਨੇ, ਔਰ ਹੋਸਪਿਟਲ ਜਿਹੜਾ ਉਹ ਬਹੁਤ ਮਾੜੀ ਕੰਡੀਸ਼ਨ 'ਚ ਹੈ। ਸੋ ਲੋਕਾਂ ਨੂੰ ਜਿਹੜੀਆਂ ਸਿਹਤ ਸੇਵਾਵਾਂ ਉੱਥੇ ਨਾ ਮਿਲਣ ਕਰਕੇ, ਕਿਉਂਕਿ ਉਹ ਕੇਂਦਰ ਸਰਕਾਰ ਦੇ ਅੰਦਰ ਅੰਡਰ ਪੈਂਦਾ, ਸੋ ਉੱਥੋਂ ਦੇ ਲੋਕ ਉਸ ਦੁੱਖ ਦੇ ਕਾਰਨ, ਔਰ ਵੈਸੇ ਵੀ BJP ਨੂੰ ਲਗਾਤਾਰ 2 ਵਾਰ ਮੌਕਾ ਦੇ ਚੁੱਕੇ ਨੇ ਅਤੇ ਹੁਣ 3ਰੀ ਵਾਰ ਜਿਹੜਾ ਉਹ ਮੌਕਾ ਨਹੀਂ ਦੇਣਾ ਚਾਹੁੰਦੇ, ਕਿਉਂਕਿ 10 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਔਰ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਜਿਹੜੇ ਉਹ ਲੋਕ ਖੁਸ਼ ਨੇ। ਡਾਕਟਰ ਸਾਹਿਬ, BVMB ਗੱਲਬਾਤ ਹੋਈ ਹੈ, ਕੇਂਦਰ ਦੇ ਅਧੀਨ ਉਹ ਆਉਂਦਾ, ਹੁਣ ਉਹ ਕੰਟਰ ਦਾ ਰੂਪ ਧਾਰਨ ਕਰ ਚੁੱਕਿਆ, ਤੁਸੀਂ ਜਿੱਤ ਹਾਸਲ ਕਰਨ ਤੋਂ ਬਾਅਦ ਸੰਸਦ ਦੇ ਵਿੱਚ ਜਾਂਦੇ ਹੋ, ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ ਹੱਲ ਕੋਈ? ਹਾਂ ਬਿਲਕੁਲ, BVMB ਹੋਸਪਿਟਲ ਦਾ ਹੱਲ ਜਿਹੜਾ ਪਹਿਲ ਦੇ ਆਧਾਰ 'ਤੇ ਜਿਹੜਾ ਉੱਥੇ ਕਰਵਾਇਆ ਜਾਏਗਾ, ਔਰ ਦੂਸਰਾ ਉੱਥੇ ਏਮਜ਼ ਹੋਸਪਿਟਲ ਜਿਹੜਾ ਉਹ ਦੁਬਾਰਾ ਲੈ ਕੇ ਆਉਂਦਾ ਜਾਏਗਾ, ਔਰ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ ਉੱਥੇ ਇੰਡਸਟਰੀਅਲ ਪੈਕੇਜ ਜਿਹੜਾ ਉਸ ਏਰੀਏ ਨੂੰ ਮਿਲੇਗਾ, ਤਾਂ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਆ ਸਕੇ। 2019 ਦੀ ਗੱਲ ਕਰੀਏ ਤਾਂ ਉਸ ਵਕਤ ਦਸੂਆ ਅਤੇ ਮੁਕੇਰੀਆਂ ਅਜਿਹੇ ਹਲਕੇ ਸਨ ਜਿਹਨਾਂ ਹਲਕਿਆਂ ਦੇ ਵਿੱਚੋਂ BJP ਨੂੰ ਜਿੱਤ ਹਾਸਲ ਹੋਈ ਸੀਗੀ, ਤਾਂ ਇਸ ਵਾਰ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਡਾਕਟਰ ਰਾਜ ਕੁਮਾਰ ਚੱਬੇ ਵੱਲੋਂ ਕਿਲ੍ਹਾ ਢਹਿ ਢੇਰੀ ਕਰਨ ਦੇ ਵਿੱਚ ਸਫਲ ਹੋਣਗੇ? ਹਾਂ ਬਿਲਕੁਲ, ਇਸ ਵੇਲੇ ਮੁਕੇਰੀਆਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਸ ਦੇ ਵਿੱਚ ਔਰ ਉਹ ਲੋਕਾਂ ਦੇ ਵਿੱਚ, ਕੰਢੀ ਦੇ ਲੋਕਾਂ ਦੇ ਵਿੱਚ ਬਹੁਤ ਜੋਸ਼ ਹੈ, ਲੋਕ ਆਮ ਆਦਮੀ ਪਾਰਟੀ ਦੀਆਂ ਉਸ ਪੋਲਿਸੀਜ਼ ਤੋਂ, 0 ਬਿੱਲ ਹੈ ਜਿਹੜਾ, ਸਿਹਤ ਸੇਵਾਵਾਂ ਮੁਫਤ ਨੇ, ਔਰ ਪੜ੍ਹਾਈ ਜਿਹੜੀ ਹੈ ਉਹ ਬਿਹਤਰ ਹੋਈ ਹੈ, ਰੁਜ਼ਗਾਰ ਦੇ ਸਾਧਨ ਜਿਹੜਾ ਸਰਕਾਰ ਦੇ ਰਹੀ ਹੈ, ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਜਿਹੜਾ ਉਸਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ, ਸੋ ਬਹੁਤ ਵੱਡਾ ਬਲ ਜਿਹੜਾ ਹੈ ਉਹ ਮੁਕੇਰੀਆਂ ਅਤੇ ਦਸੂਆ ਵਿੱਚ ਮਿਲਣ ਜਾ ਰਿਹਾ। We at GNA University see potential in everyone and everything around us. We drive innovation and entrepreneurship. We groom competent global citizens to effect positive change around them.